1991 ਦੇ ਵਿੱਚ ਇੱਕ IAS ਆਫਿਸਰ ਸੀਗੇ ਮਿਸਟਰ ਮੁਲਤਾਨੀ, ਉਹਨਾਂ ਦੇ ਬੇਟੇ ਨੂੰ ਮਾਰਨ ਦਾ ਕੇਸ ਫਾਲਸ ਕੇਸ ਦੇ ਵਿੱਚ ਇੰਪਲੀਕੇਟ ਕਰਕੇ ਟੋਰਚਰ ਕਰਕੇ ਬੜੀ ਬੇਰਹਿਮੀ ਨਾਲ ਮਾਰਿਆ। ਕੇਸ ਦੀ ਉਦੋਂ ਇਨਵੈਸਟੀਗੇਸ਼ਨ ਜਦੋਂ ਖੁੱਲ੍ਹੀ, ਪਹਿਲਾਂ ਫੈਬਰੀਕੇਟ ਕੀਤੀ ਸਾਰੀ ਐਵੀਡੈਂਸ ਸਮੇਤ ਸਿਰਫ ਚੰਡੀਗੜ੍ਹ ਹੁੰਦਿਆਂ ਨੇ ਟੋਰਚਰ ਕਰਵਾਇਆ ਸੀ। ਇਹ ਕੇਸ ਜੀ 1991 ਦੇ ਵਿੱਚ ਇੱਕ IAS ਆਫਿਸਰ ਸੀਗੇ ਮਿਸਟਰ ਮੁਲਤਾਨੀ, ਉਹਨਾਂ ਦੇ ਬੇਟੇ ਨੂੰ ਮਾਰਨ ਦਾ ਕੇਸ ਸੀ। ਉਹਨਾਂ ਦੇ ਬੇਟੇ ਸਿਟਕੋ ਦੇ ਵਿੱਚ ਕੰਮ ਕਰ ਰਹੇ ਸੀ। ਸੋ ਉਹ ਮਰਡਰ ਕੇਸ ਜਿਹੜਾ ਸੀ, ਮਰਡਰ ਇਸ ਕਰਕੇ ਬਿਕੋਜ਼ ਉਹਨੂੰ ਕਸਟੋਡੀਅਲ ਡੈਥ ਸੀ, ਕਸਟਡੀ ਦੇ ਵਿੱਚ ਲੈ ਕੇ ਫਾਲਸ ਕੇਸ ਦੇ ਵਿੱਚ ਇੰਪਲੀਕੇਟ ਕਰਕੇ ਟੋਰਚਰ ਕਰਕੇ ਬੜੀ ਬੇਰਹਿਮੀ ਨਾਲ ਮਾਰਿਆ ਗਿਆ। 91 ਦਾ ਉਹ ਇੰਸੀਡੈਂਟ ਸੁਪਰੀਮ ਕੋਰਟ ਤੱਕ ਉਸ ਕੇਸ ਦੀ ਉਦੋਂ ਇਨਵੈਸਟੀਗੇਸ਼ਨ ਜਦੋਂ ਖੁੱਲ੍ਹੀ, ਪਹਿਲਾਂ ਫੈਬਰੀਕੇਟ ਕੀਤੀ ਸਾਰੀ ਐਵੀਡੈਂਸ ਉਮੇਦ ਸੈਣੀ ਨੇ, SSP ਚੰਡੀਗੜ੍ਹ ਹੁੰਦਿਆਂ ਨੇ ਟੋਰਚਰ ਕਰਵਾਇਆ ਸੀ। ਉਸ ਤੋਂ ਬਾਅਦ ਉਹ ਕੇਸ ਬੰਦ ਹੋਇਆ, ਫਿਰ 2008 ਦੇ ਵਿੱਚ ਖੁੱਲ੍ਹਿਆ, ਫਿਰ ਆਨਰੇਬਲ ਸੁਪਰੀਮ ਕੋਰਟ ਤੱਕ ਇਹ ਕੇਸ ਗਿਆ, ਉਦੋਂ ਕੁਆਸ਼ ਹੋਇਆ ਔਰ ਇੱਕ ਟੈਕਨੀਕਲ ਗਰਾਊਂਡ ਤੇ ਹੋਇਆ ਸੀ। ਔਰ ਉਸ ਕੇ ਉਹ ਪਰਟੀਕੁਲਰ ਬੈਂਚ ਨੂੰ ਲੈ ਕੇ ਕਿ ਬੈਂਚ ਨੇ CBI ਇਨਵੈਸਟੀਗੇਸ਼ਨ ਦੇ ਦਿੱਤੀ ਵਿਦਆਊਟ ਹੇਅਰਿੰਗ ਸੁਮੇਤ ਸੈਣੀ। ਹੁਣ ਉਹ ਕੰਪਲੇਨੈਂਟ ਫੈਮਿਲੀ ਜਿਹੜੀ ਅਗਰੀਵਡ ਸੀ ਉਹ ਦੁਬਾਰਾ ਅੱਗੇ ਆਈ, ਉਹਨਾਂ ਨੇ ਕੰਪਲੇਂਟ ਦਿੱਤੀ ਔਰ ਅੱਜ ਉਹ ਇਨਵੈਸਟੀਗੇਸ਼ਨ ਨੂੰ ਲੈ ਕੇ ਦੁਬਾਰਾ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਸੁਮੇਤ ਸੈਣੀ ਦੀ ਜਿਹੜੀ ਪਟੀਸ਼ਨ ਖਾਰਿਜ ਕਰਨ ਦੇ ਲਈ ਉਹਨੇ ਪਾਈ ਸੀ, ਉਹ ਡਿਸਮਿਸ ਕਰਤੀ ਆਨਰੇਬਲ ਸੁਪਰੀਮ ਕੋਰਟ ਨੇ। ਸੋ FIR ਵੀ ਸਟੈਂਡ ਕਰ ਗਈ, ਇਨਵੈਸਟੀਗੇਸ਼ਨ ਵੀ ਸਟੈਂਡ ਕਰ ਗਈ। ਡਿਟੇਲ ਤਾਂ ਚਲੋ ਆਰਡਰ ਤੋਂ ਪਤਾ ਲੱਗੂਗਾ, ਬਟ ਇੱਕ ਇਨਸਾਫ਼ ਵੱਲ ਬਹੁਤ ਵੱਡਾ ਕਦਮ ਹੈ। ਔਰ ਮੈਂ ਇਹ ਫੀਲ ਕਰਦਾ ਕਿ ਜਿਹੜੀ ਫੈਮਿਲੀਜ਼ ਹੁਣ ਤੱਕ ਇਸ ਤਸ਼ੱਦਤ ਨਾਲ, ਇਹੋ ਜਿਹੀ ਤਸ਼ੱਦਤ ਸੈਣੀ ਦੇ ਹੱਥੋਂ ਜਿੰਨਾ ਫੈਮਿਲੀਜ਼ ਨੇ ਫੇਸ ਕੀਤੀ ਹੈ, ਉਹਨਾਂ ਲਈ ਦੁਬਾਰਾ ਇੱਕ ਉਮੀਦ ਜਾਗੀ ਹੈ ਕਿ ਇਨਸਾਫ ਜ਼ਰੂਰ ਮਿਲੂਗਾ। ਪਰਿਵਾਰ ਦੀ ਕੰਪਲੇਂਟ ਕੀਤੀ ਕਿਉਂਕਿ ਕਾਫੀ ਪੁਰਾਣਾ ਕੇਸ ਸੀ, ਸੁਪਰੀਮ ਕੋਰਟ ਤੱਕ ਗਿਆ ਟੈਕਨੀਕਲ ਜੀ। ਐਗਜ਼ੈਕਟ ਕੀ ਕੰਪਲੇਂਟ ਇਹ ਸੀ ਜੀ ਕਿ ਜਦੋਂ ਸੈਣੀ ਤੇ ਬਲਾਸਟ ਹੋਇਆ ਤੇ ਸੈਣੀ ਨੇ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ, ਮਤਲਬ ਜਿਨ੍ਹਾਂ ਦਾ ਲਿੰਕ ਨਹੀਂ ਵੀ ਸੀ ਉਹਨਾਂ ਨੂੰ ਚੁੱਕਿਆ। ਉਹਦੇ ਵਿੱਚ ਭੁੱਲਰ ਫੈਮਿਲੀ ਦੇ ਵੀ ਕੁਛ ਲੋਕ ਸੀ, ਉਸੇ ਤਰ੍ਹਾਂ ਮੁਲਤਾਨੀ ਜਿਹੜੇ IAS ਆਫਿਸਰ ਦੇ ਬੇਟੇ ਸੀ ਉਹਨਾਂ ਨੂੰ ਕਿਡਨੈਪ ਨਹੀਂ ਮੈਂ ਕਹਾਂਗਾ, ਇਲੀਗਲ ਕਸਟਡੀ ਚ ਪਹਿਲਾਂ ਲਿਆ, ਫਿਰ ਝੂਠੇ ਕਾਗਜ਼ ਤਿਆਰ ਕਰਕੇ ਉਹਨਾਂ ਦੇ ਵੈਪਨ ਪਲਾਂਟ ਕੀਤਾ ਔਰ ਕਸਟਡੀ ਦੇ ਵਿੱਚ ਬੁਰੀ ਤਰ੍ਹਾਂ ਟੋਰਚਰ ਕਰਕੇ ਉਹਨਾਂ ਦੀ ਡੈਥ ਹੋ ਗਈ। ਸੋ ਉਸ ਡੈਥ ਦੇ ਉੱਤੇ ਐਵੀਡੈਂਸ ਪਲਾਂਟ ਕਰਕੇ ਉਹਨਾਂ ਨੂੰ ਇਨਕਾਊਂਟਰ ਦੇ ਵਿੱਚ ਮਾਰਿਆ ਹੋਇਆ ਸ਼ੋ ਕਰਤਾ ਕਿ ਇਨਕਾਊਂਟਰ ਦੇ ਵਿੱਚ ਉਹ ਕਸਟਡੀ ਚੋਂ ਭੱਜੇ, ਫਾਇਰਿੰਗ ਹੋਈ ਔਰ ਮਰ ਗਏ। ਉਸ ਕੇਸ ਦੇ ਵਿੱਚ ਜਦੋਂ CBI ਕੋਲ ਇਨਵੈਸਟੀਗੇਸ਼ਨ ਗਈ 2008 ਦੇ ਵਿੱਚ, ਤੇ CBI ਨੇ ਡਿਗ ਆਊਟ ਕੀਤਾ ਸੀ ਕਿ ਸੈਣੀ ਨੇ ਐਕਚੁਅਲੀ ਕਸਟਡੀ ਦੇ ਵਿੱਚ ਮਾਰਿਆ। ਉਹ ਇੱਕ ਟੈਕਨੀਕੈਲਿਟੀ ਤੇ ਕੁਆਸ਼ ਹੋਈ। ਹੁਣ ਉਹੀ ਗਰਾਊਂਡ ਤੇ ਦੁਬਾਰਾ ਕੰਪਲੇਂਟ ਦੇ ਕੇ ਜਦੋਂ ਖੁੱਲਿਆ ਸੀ ਕੇਸ, ਉਸ ਇਨਵੈਸਟੀਗੇਸ਼ਨ ਨੂੰ ਸੁਮੇਧ ਸੈਣੀ ਨੇ ਸੁਪਰੀਮ ਕੋਰਟ ਤੱਕ ਚੈਲੇਂਜ ਕੀਤਾ ਕਿ ਜੀ ਇਸ ਕੇਸ ਦੇ ਵਿੱਚ ਉਹਨੂੰ ਝੂਠਾ ਫਸਾਇਆ ਜਾ ਰਿਹਾ। ਸੋ ਆਨਰੇਬਲ ਸੁਪਰੀਮ ਕੋਰਟ ਦੇ ਇਸ ਕੇਸ ਦੇ ਵਿੱਚ ਹੁਣ ਆ ਵਰਡਿਕਟ ਆਉਣ ਤੋਂ ਬਾਅਦ ਦੁਬਾਰਾ ਇਹ ਕੇਸ ਚੱਲੂਗਾ ਔਰ ਇਹਦੇ ਵਿੱਚ ਸੈਣੀ ਤੇ 302 ਦੀ ਧਾਰਾ, ਕਿਉਂਕਿ ਪੁਰਾਣਾ ਓਫੈਂਸ ਹੈ, ਪੁਰਾਣੀ FIR ਹੈ, ਸੋ ਪੁਰਾਣੀ ਮਤਲਬ IPC ਦੇ ਹਿਸਾਬ ਨਾਲ ਹੀ ਚੱਲੂਗਾ। ਸੋ 302 ਜਿਹੜੀ ਕਤਲ ਦੀ ਧਾਰਾ ਸੀ ਉਹ ਲੱਗੀ ਹੋਈ ਹੈ ਔਰ ਕੋਰਟ ਦੀ ਡਾਇਰੈਕਸ਼ਨ ਤੇ ਲੱਗੀ ਸੀ। ਸਾਬਕਾ DGP ਸੁਮੇਧ ਸੈਣੀ ਨੂੰ ਸੁਪਰੀਮ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਸੁਪਰੀਮ ਕੋਰਟ ਨੇ ਸੁਮੇਧ ਸੈਣੀ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ, ਜਿਸ ਦੇ ਵਿੱਚ ਉਹਨਾਂ ਨੇ ਆਪਣੇ ਖਿਲਾਫ ਦਰਜ ਹੋਈ FIR ਰੱਦ ਕਰਨ ਦੀ ਮੰਗ ਕੀਤੀ ਸੀ। ਦੱਸ ਦਈਏ ਕਿ ਸੁਮੇਧ ਸੈਣੀ ਨੇ ਮੁਲਤਾਨੀ ਕੇਸ 'ਚ ਦਰਜ ਹੋਈ ਉਹਨਾਂ ਖਿਲਾਫ ਕਤਲ ਦੀ FIR ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਤੇ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਸੀ, ਪਰ ਸੁਪਰੀਮ ਕੋਰਟ ਨੇ ਉਹਨਾਂ ਦੀ FIR ਰੱਦ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਉਹਨਾਂ ਦੀ ਇਸ ਮੰਗ ਨੂੰ ਖਾਰਜ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਮਾਮਲਾ 1991 ਦਾ ਹੈ। ਖੜਕੂਵਾਦ ਦੇ ਦੌਰਾਨ ਸੁਮੇਧ ਸੈਣੀ ਤੇ ਇਲਜ਼ਾਮ ਨੇ ਕਿ ਉਹਨਾਂ ਨੇ ਬਲਵੰਤ ਸਿੰਘ ਮੁਲਤਾਨੀ ਨੂੰ
ਅਗਵਾ ਕੀਤਾ ਅਤੇ ਕਤਲ ਕਰ ਦਿੱਤਾ ਅਤੇ ਇਸ ਦੀ FIR 6 ਮਈ 2020 ਨੂੰ ਦਰਜ ਹੋਈ ਸੀ ਜੋ ਮੋਹਾਲੀ ਦੇ ਮਟੌਰ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਕੀਤੀ ਗਈ ਸੀ ਅਤੇ 2 ਪੁਲਿਸ ਮੁਲਾਜ਼ਮ ਸਰਕਾਰੀ ਗਵਾਹ ਬਣੇ ਜਿਸ ਤੋਂ ਬਾਅਦ ਸੁਮੇਧ ਸੈਣੀ ਖਿਲਾਫ ਕਤਲ ਦਾ ਮਾਮਲਾ ਦਰਜ ਹੋਇਆ ਮੁਲਤਾਨੀ ਚੰਡੀਗੜ੍ਹ ਦੇ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ 'ਚ ਕੰਮ ਕਰਦੇ ਸੀ ਤੇ ਸੁਮੇਧ ਸੈਣੀ ਉਸ ਵੇਲੇ ਚੰਡੀਗੜ੍ਹ ਦੇ SSP ਸੀ 1991 ਦੇ ਵਿੱਚ ਇੱਕ ਅੱਤਵਾਦੀ ਹਮਲਾ ਹੁੰਦਾ ਹੈ ਜਿਸ ਦੇ ਵਿੱਚ ਸੁਮੇਧ ਸੈਣੀ ਅਤੇ 3 ਪੁਲਿਸ ਮੁਲਾਜ਼ਮ ਜ਼ਖਮੀ ਹੋ ਜਾਂਦੇ ਨੇ ਅੱਤਵਾਦੀ ਹਮਲੇ ਤੋਂ ਬਾਅਦ ਪੁਲਿਸ ਨੇ ਮੁਲਤਾਨੀ ਨੂੰ ਫੜ ਲਿਆ ਦੂਜੇ ਪਾਸੇ ਸੁਮੇਧ ਸੈਣੀ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਦੇ ਖਿਲਾਫ਼ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੁਆਰਾ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਸਾਜ਼ਿਸ਼ ਕੀਤੀ ਗਈ ਸੀ ਸੁਮੇਧ ਸੈਣੀ ਨੇ 2020 'ਚ ਹਾਈਕੋਰਟ 'ਚ 2 ਪਟੀਸ਼ਨਾਂ ਦਾਖਲ ਕੀਤੀਆਂ ਸੀ ਇੱਕ ਬੇਲ ਨੂੰ ਲੈ ਕੇ ਸੀ ਅਤੇ ਦੂਜੀ FIR ਰੱਦ ਕਰਨ ਨੂੰ ਹਾਈਕੋਰਟ ਨੇ ਇਹਨਾਂ ਦੋਵੇਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਸੀ ਅਤੇ ਸੁਮੇਧ ਸੈਣੀ ਨੇ ਸੁਪਰੀਮ ਕੋਰਟ ਦਾ ਰੁੱਖ ਕੀਤਾ ਸੀ ਪਰ ਹੁਣ ਸੁਮੇਧ ਸੈਣੀ ਨੂੰ ਵੱਡਾ ਝਟਕਾ ਲੱਗਿਆ ਜਦੋਂ ਸੁਪਰੀਮ ਕੋਰਟ ਨੇ ਵੀ ਉਹਨਾਂ ਦੀ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਖਿਲਾਫ਼ ਦਰਜ ਹੋਈ ਕਤਲ ਦੀ FIR ਨੂੰ ਰੱਦ ਕਰਨ ਦੀ ਮੰਗ ਕੀਤੀ ਸੀ